ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਸਾਥੀਆਂ ਨੇ ਪੀਐਸਟੈਟ ਦਾ ਫਾਰਮ ਫਿਲ ਕਰਨ ਦੀ ਕੋਸ਼ਿਸ਼ ਕੀਤੀ ਵੈਸੇ ਤਾਂ ਮੇਰੀ ਇਹੀ ਸਲਾਹ ਰਹੂਗੀ ਕਿ ਤੁਸੀਂ 2-3 ਦਿਨ ਐਟ ਲੀਸਟ ਵੇਟ ਕਰੋ ਕਿਉਂਕਿ ਡਿਵੈਲਪਮੈਂਟ ਫੇਸ ਤੇ ਹੁੰਦੀ ਹੈ ਸ਼ੁਰੂਆਤ ਦੇ ਟਾਈਮ ਵਿੱਚ ਜਿਹੜੀ ਵੈਬਸਾਈਟ ਹੁੰਦੀ ਹੈ ਤਾਂ ਕੁਝ ਤਬਦੀਲੀਆਂ ਵੀ ਕੀਤੀਆਂ ਜਾਂਦੀਆਂ ਨੇ ਟਾਈਮ ਟੂ ਟਾਈਮ ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਕਿ ਤੁਸੀਂ ਇਹਦੇ ਵਿੱਚ ਪਹਿਲੀ ਲੈਂਗੁਏਜ ਜਾਂ ਫਿਰ ਦੂਜੀ ਲੈਂਗੁਏਜ ਚੂਸ ਕਿਵੇਂ ਕਰਨੀ ਆ ਕਿਉਂਕਿ ਕਾਫੀ ਸਾਰੇ ਸਾਥੀਆਂ ਤੋਂ ਤਾਂ ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਤੇ ਦੂਜੀ ਗੱਲ ਇਹ ਪੁੱਛੀ ਜਾ ਰਹੀ ਹੈ ਕਿ ਸਰ ਜਿਹੜਾ ਐਗਜ਼ਾਮ ਸੈਂਟਰ ਹੋਊਗਾ ਕਿਉਂਕਿ ਸਾਰਾ ਫਾਰਮ ਭਰ ਲੈਣ ਤੋਂ ਬਾਅਦ ਮੇਰੇ ਦੁਆਰਾ ਇੱਕ ਵੀਡੀਓ ਵੀ ਬਣਾਈ ਗਈ ਸੀ ਜਿਹਦੇ ਵਿੱਚ ਮੈਂ ਸਟੈਪ ਬਾਈ ਸਟੈਪ ਦੱਸਿਆ ਆ ਕਿ ਫਾਰਮ ਭਰਨਾ ਕਿਵੇਂ ਆ ਬਟ ਫਿਰ ਵੀ ਕਾਫੀ ਸਾਰੇ ਸਾਥੀਆਂ ਦੁਆਰਾ ਇਹ ਪੁੱਛਿਆ ਜਾ ਰਿਹਾ ਕਿ ਸਰ ਐਗਜ਼ਾਮ ਸੈਂਟਰ ਸਾਨੂੰ ਕਿਹੜਾ ਮਿਲੇਗਾ ਕਿਉਂਕਿ ਉਹਦੇ ਵਿੱਚ ਕਿਤੇ ਵੀ ਉਹਨਾਂ ਨੇ ਐਗਜ਼ਾਮ ਸੈਂਟਰ ਦੀ ਪ੍ਰੇਫਰੈਂਸ ਨਹੀਂ ਪੁੱਛੀ ਪੰਜਾਬ ਦੇ ਵਿੱਚ 23 ਜ਼ਿਲ੍ਹੇ ਹੈਗੇ ਆ ਅਦਰ ਸਟੇਟ ਵਾਲੇ ਕੁਝ ਕੈਂਡੀਡੇਟਸ ਵੀ ਪੁੱਛ ਰਹੇ ਆ ਕਿ ਸਰ ਮੈਂ ਤਾਂ ਹਰਿਆਣਾ ਤੋਂ ਆ ਕਿ ਮੈਂ ਆਪਦਾ ਐਗਜ਼ਾਮ ਸੈਂਟਰ ਕਿਵੇਂ ਸਿਲੈਕਟ ਕਰਾਂ ਸੋ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਜਦੋਂ ਤੱਕ ਤੁਹਾਡਾ ਪੀਐਸਟੈਟ ਖਤਮ ਨਹੀਂ ਹੁੰਦਾ ਉਦੋਂ ਤੱਕ ਆਪਣੇ ਚੈਨਲ ਤੇ ਜਿੰਨੀਆਂ ਵੀ ਅਪਡੇਟਸ ਸਰਕਾਰ ਦੁਆਰਾ ਜਾਂ ਫਿਰ ਵਿਭਾਗ ਦੁਆਰਾ ਜਾਰੀ ਕੀਤੀਆਂ ਜਾਣਗੀਆਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਆਪਣੇ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਊਗੀ ਗੱਲ ਕਰਦੇ ਆ ਕਿ ਜਿਹੜਾ ਲੈਂਗੁਏਜ ਚੂਜ਼ ਕਰਨਾ ਆ ਤੁਸੀਂ ਉਹ ਕਿਵੇਂ ਚੂਜ਼ ਕਰਨਾ ਆ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ ਕਿ ਇਹ ਸੀਟੈਟ ਵਾਂਗ ਹੀ ਪੇਪਰ ਹੁੰਦਾ ਆ ਬਟ ਸੀਟੈਟ ਦੇ ਵਿੱਚ ਤੁਹਾਨੂੰ ਤਿੰਨ ਭਾਸ਼ਾਵਾਂ ਵਿੱਚ ਦੇਖਣ ਨੂੰ ਮਿਲਦੀਆਂ ਨੇ ਵੈਸੇ ਤਾਂ ਕਾਫੀ ਸਾਰੀਆਂ ਭਾਸ਼ਾਵਾਂ ਹੁੰਦੀਆਂ ਨੇ ਬਟ ਆਪਣੇ ਪੰਜਾਬ ਵਾਲਿਆਂ ਦੇ ਲਈ ਤਿੰਨ ਭਾਸ਼ਾਵਾਂ ਹੁੰਦੀਆਂ ਨੇ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਦਾ ਸਬਜੈਕਟ ਜਿਹੜਾ ਹੈਗਾ ਜੀ ਉਹ ਤੁਹਾਨੂੰ ਵੇਖਣ ਨੂੰ ਮਿਲਦਾ ਆ ਲੈਂਗੁਏਜ ਦੇ ਵਿੱਚ ਜਿਹਦੇ ਵਿੱਚੋਂ ਤੁਸੀਂ ਕੋਈ ਦੋ ਭਾਸ਼ਾ ਚੂਜ਼ ਕਰਨੀ ਹੁੰਦੀ ਹੈ ਆਪਣੇ ਪੰਜਾਬ ਦੇ ਵਿੱਚ ਤਾਂ ਹਿੰਦੀ ਹੈ ਨੀਗੀ ਹੁਣ ਮੰਨ ਲਓ ਕੋਈ ਹਿੰਦੀ ਟੀਚਰ ਬਣਨਾ ਚਾਹੁੰਦਾ ਆ ਉਹ ਕਹਿੰਦਾ ਕਿ ਸਰ ਮੈਂ ਹਿੰਦੀ ਕਿਵੇਂ ਚੂਜ਼ ਕਰਾਂ ਤੁਹਾਨੂੰ ਹਿੰਦੀ ਇਹਦੇ ਵਿੱਚ ਪਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਾ ਹੀ ਉਹਨਾਂ ਕੋਲ ਕੋਈ ਆਪਸ਼ਨ ਹੁੰਦੀ ਹੈ ਸੋ ਸਿੰਪਲੀ ਤੁਸੀਂ ਸਿਰਫ ਤੇ ਸਿਰਫ ਆਪ ਦਾ ਟੈਟ ਦਾ ਜਿਹੜਾ ਸਰਟੀਫਿਕੇਟ ਹੁੰਦਾ ਸੀ ਉਹੀ ਪਾਸ ਕਰਨਾ ਹੁੰਦਾ ਆ ਤੇ ਉਹਦੇ ਵਿੱਚ ਵੀ ਜਾਂ ਫਿਰ ਤੁਹਾਡਾ ਐਸਐਸਟੀ ਕੰਬੀਨੇਸ਼ਨ ਬਣੂਗਾ ਜਾਂ ਮੈਥ ਸਾਇੰਸ ਜਾਂ ਫਿਰ ਜਿਹੜੇ ਐਡੀਸ਼ਨਲ ਜਾਂ ਫਿਰ ਟੋਟੇ ਫੋਟੇ ਸਬਜੈਕਟ ਹੁੰਦੇ ਆ ਉਹਨਾਂ ਦਾ ਉਹੀ ਤੁਹਾਨੂੰ ਮਿਊਜ਼ਿਕ ਫਿਜ਼ੀਕਲ ਐਜੂਕੇਸ਼ਨ ਤੇ ਉਰਦੂ ਸੰਸਕ੍ਰਿਤ ਆਰਟ ਐਂਡ ਕਰਾਫਟ ਇਹੋ ਜਿਹੇ ਸਬਜੈਕਟ ਵੇਖਣ ਨੂੰ ਮਿਲਦੇ ਆ ਉਹ ਕੈਂਡੀਡੇਟ ਬਹੁਤ ਘੱਟ ਹੁੰਦੇ ਨਾ ਮਾਤਰ ਹੁੰਦੇ ਉਹਨਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਆਪਾਂ ਮੈਥ ਸਾਇੰਸ ਜਾਂ ਫਿਰ ਐਸਐਸਟੀ ਦੀ ਹੀ ਗੱਲ ਕਰ ਰਹੇ ਆ ਸੋ ਉੱਥੇ ਇੰਗਲਿਸ਼ ਤੇ ਪੰਜਾਬੀ ਬਾਈ ਡਿਫਾਲਟ ਜਿਹੜੇ ਮਰਜ਼ੀ ਸਬਜੈਕਟ ਦਾ ਤੁਸੀਂ ਪੇਪਰ ਦੇ ਰਹੇ ਹੋ ਸਾਰਿਆਂ ਦਾ ਸੇਮ ਹੀ ਰਹੂਗਾ ਪੰਜਾਬੀ ਅਤੇ ਅੰਗਰੇਜ਼ੀ ਲੈਂਗੁਏਜ ਵੜਾ ਜਿਹੜਾ ਮਸਲਾ ਸੀਗਾ ਹੱਲ ਹੋ ਗਿਆ ਪਤਾ ਲੱਗ ਗਿਆ ਤੁਹਾਨੂੰ ਕਿ ਲੈਂਗੁਏਜ ਸਾਰਿਆਂ ਦੀ ਸੇਮ ਹੀ ਹੋਣੀ ਆ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਸਰ ਜਿਹੜਾ ਐਗਜ਼ਾਮ ਸੈਂਟਰ ਆ ਹੁਣ ਮੈਂ ਕੱਲ ਤੁਹਾਨੂੰ ਫਾਰਮ ਭਰ ਕੇ ਵਿਖਾਇਆ ਉਹਦੇ ਵਿੱਚ ਮੈਂ ਕਿਹੜਾ ਜ਼ਿਲ੍ਹਾ ਭਰਿਆ ਸੀ ਮੈਂ ਭਰਿਆ ਸੀਗਾ ਸ਼੍ਰੀ ਮੁਕਤਸਰ ਸਾਹਿਬ ਤੇ ਹੁਣ ਜਦੋਂ ਫਾਰਮ ਮੈਂ ਭਰਤਾ ਉਹਨਾਂ ਨੂੰ ਪਤਾ ਲੱਗ ਗਿਆ ਨਾਲੇ ਪਰਮਨੈਂਟ ਐਡਰੈਸ ਦੀ ਮੈਂ ਗੱਲ ਕਰ ਰਿਹਾ ਪਰਮਨੈਂਟ ਪਰਮਨੈਂਟ ਐਡਰੈਸ ਹੀ ਉਹਨਾਂ ਨੇ ਚੱਕਣਾ ਆ ਐਗਜ਼ਾਮ ਸੈਂਟਰ ਬਣੂਗਾ ਕਿਹੜਾ ਇਹ ਡਿਪਾਰਟਮੈਂਟ ਨੇ ਡਿਸਾਈਡ ਕਰਨਾ ਆ ਕਿਉਂਕਿ ਮੈਕਸਿਮਮ ਟਾਈਮ ਦੇ ਵਿੱਚ ਵਿਖਿਆ ਜਾਂਦਾ ਜਿਹੜਾ ਤੁਹਾਡਾ ਜ਼ਿਲ੍ਹਾ ਹੁੰਦਾ ਆ ਤੁਹਾਨੂੰ ਉੱਥੇ ਨਹੀਂ ਭੇਜਿਆ ਜਾਂਦਾ ਜਿਵੇਂ ਮੰਨ ਲਓ ਮੇਰਾ ਜ਼ਿਲ੍ਹਾ ਹੈਗਾ ਸ੍ਰੀ ਮੁਕਤਸਰ ਸਾਹਿਬ ਤਾਂ ਉਹਨਾਂ ਨੇ ਮੈਨੂੰ ਹੋ ਸਕਦਾ ਕਿ ਨਾਲ ਦਾ ਜਿਹੜਾ ਜ਼ਿਲ੍ਹਾ ਹੈਗਾ ਜਿਵੇਂ ਕਿ ਖਾਸ ਕਰਕੇ ਬਠਿੰਡਾ ਬਠਿੰਡਾ ਵਿੱਚ ਉਹ ਮੇਰੇ ਲਗਾ ਸਕਦੇ ਆ ਕਿ ਚਲੋ ਠੀਕ ਹੈ ਵੀ ਮੇਰਾ ਪੇਪਰ ਜਿਹੜਾ ਹੋਊਗਾ ਬਠਿੰਡੇ ਹੋਊਗਾ ਅਕਸਰ ਦੇਖਿਆ ਵੀ ਇਹੀ ਜਾਂਦਾ ਆ ਕਿ ਮੁਕਸਰ ਵਾਲਿਆਂ ਨੂੰ ਬਠਿੰਡਾ ਤੇ ਬਠਿੰਡਾ ਵਾਲਿਆਂ ਨੂੰ ਕਿਤੇ ਹੋਰ ਸੋ ਇਸ ਤਰ੍ਹਾਂ ਜਿਹੜਾ ਜ਼ਿਲ੍ਹਾ ਹੈਗਾ ਆ ਜੀ ਉਹ ਤੁਹਾਡਾ ਕਿਤੇ ਨਾ ਕਿਤੇ ਚੇਂਜ ਕਰ ਦਿੱਤਾ ਜਾਂਦਾ ਆ ਜਾਂ ਫਿਰ ਨਾਲ ਦਾ ਜਿਹੜਾ ਜ਼ਿਲ੍ਹਾ ਹੈਗਾ ਤੁਸੀਂ ਪੀਆ ਸਟੇਟ ਦਾ ਸਰਟੀਫਿਕੇਟ ਜੇ ਪਾਸ ਕਰ ਲੈਣੇ ਹੋ ਤਾਂ ਤੁਹਾਡਾ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਕਿੱਥੋਂ ਆਊਗਾ ਤੁਸੀਂ ਜਿਹੜਾ ਜ਼ਿਲ੍ਹਾ ਪਰਮਨੈਂਟ ਐਡਰੈਸ ਜਿਹੜਾ ਫਿਲ ਕੀਤਾ ਆ ਉਸ ਆਧਾਰ ਤੇ ਤੁਹਾਡੀ ਉਸ ਜ਼ਿਲ੍ਹੇ ਦੀ ਨਾਲ ਜਿਹੜੀ ਲਗਦੀ ਡਾਈਟ ਹੋਗੀ ਜਾਂ ਫਿਰ ਜ਼ਿਲ੍ਹੇ ਵਿੱਚ ਜਿਹੜੀ ਡਾਈਟ ਹੋਗੀ ਉਹਦੇ ਵਿੱਚ ਤੁਹਾਡਾ ਸਰਟੀਫਿਕੇਟ ਪ੍ਰਾਪਤ ਹੋਣਾ ਆ ਹੁਣ ਗੱਲ ਕਰਦੇ ਆ ਅਦਰ ਸਟੇਟ ਵਾਲਿਆਂ ਦੀ ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਡਿਪਾਰਟਮੈਂਟ ਨੇ ਡਿਸਾਈਡ ਕਰਨੀਆਂ ਹੁੰਦੀਆਂ ਨੇ ਤੇ ਜਦੋਂ ਤੁਹਾਡਾ ਐਡਮਿਟ ਕਾਰਡ ਜਾਰੀ ਹੁੰਦਾ ਆ ਉਦੋਂ ਹੀ ਉਹਨਾਂ ਨੇ ਸਾਰਾ ਕੁਝ ਦੱਸਣਾ ਹੁੰਦਾ ਆ ਬਟ ਫਿਰ ਵੀ ਅਕਸਰ ਵੇਖਿਆ ਜਾਂਦਾ ਕਿ ਜਿਹੜੇ ਮੁਹਾਲੀ ਤੋਂ ਜਾਂ ਜਿਹੜੇ ਹਰਿਆਣਾ ਤੋਂ ਜਾਂ ਫਿਰ ਰਾਜਸਥਾਨ ਤੋਂ ਦੂਰ ਦੂਰ ਦੇ ਜਿਹੜੇ ਸਾਥੀ ਆਉਂਦੇ ਨੇ ਉਹਨਾਂ ਦਾ ਪੇਪਰ ਅਕਸਰ ਵੇਖਿਆ ਜਾਂਦਾ ਮੁਹਾਲੀ ਜ਼ਿਲ੍ਹੇ ਵਿੱਚ ਕੰਡਕਟ ਕਰਵਾਇਆ ਜਾਂਦਾ ਤੇ ਸਰਟੀਫਿਕੇਟ ਵੀ ਰੂਪਰ ਡੇਟ ਤੋਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਆ ਬਾਕੀ ਟਾਈਮ ਟੂ ਟਾਈਮ ਇਨਾਂ ਵੱਲੋਂ ਅਪਡੇਟਸ ਜਾਰੀ ਕੀਤੀਆਂ ਜਾਂਦੀਆਂ ਨੇ ਫਿਲਹਾਲ ਇਨਾਂ ਚੀਜ਼ਾਂ ਤੇ ਤੁਹਾਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਬਾਕੀ ਮੇਰੇ ਦੁਆਰਾ ਇੱਕ ਵੀਡੀਓ ਬਣਾ ਦਿੱਤੀ ਗਈ ਆ ਕਿ ਪੀਐਸਟੈਟ ਦਾ ਫਾਰਮ ਭਰਨਾ ਕਿਵੇਂ ਆ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਸੈਕੰਡ ਕੋਈ ਲੈਂਗੁਏਜ ਹੋਵੇ ਕੈਟਾਗਰੀ ਹੋਵੇ ਸਾਰਾ ਕੁਝ ਸਟੈਪ ਬਾਈ ਸਟੈਪ 25 ਮਿੰਟ ਦੀ ਵੀਡੀਓ ਹੈਗੀ ਆ ਸਾਰਾ ਕੁਝ ਦੱਸਿਆ ਹੋਇਆ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖੋ ਤਾਂ ਜੋ ਤੁਹਾਡੀ ਅੰਡਰਸਟੈਂਡਿੰਗ ਡਵੈਲਪ ਹੋਵੇ ਕਿਉਂਕਿ ਤੁਸੀਂ ਆਪ ਜੇ ਫਾਰਮ ਨਾ ਫਿਲ ਕਰੋਗੇ ਕਿਸੇ ਦੇ ਥਰੂ ਫਾਰਮ ਫਿਲ ਕਰਾਉਣ ਦੀ ਕੋਸ਼ਿਸ਼ ਕਰੋਗੇ ਕਈ ਵਾਰ ਉਹਦੇ ਵਿੱਚ ਮਿਸਟੈਕਸ ਹੋ ਜਾਂਦੀਆਂ ਨੇ ਮੇਰੀ ਵੀਡੀਓ ਦੇਖੋ ਮੈਂ ਬਹੁਤ ਸਾਰੇ ਸਟੂਡੈਂਟ ਨੂੰ ਆਪ ਦਾ ਫਾਰਮ ਆਪ ਫਿਲ ਕਰਨ ਲਾਇਆ ਹੋਇਆ ਕਿ ਬਈ ਤੁਸੀਂ ਆਪ ਦਾ ਫਾਰਮ ਖੁਦ ਫਿਲ ਕਰਿਆ ਕਰੋ ਇੰਸਟਾਗ੍ਰam ਤੇ ਤੁਸੀਂ ਆਈਡੀ ਬਣਾ ਲੈਣੇ ਆ ਫੇਸਬੁਕ ਤੇ ਆਈਡਿਟੀ ਬਣਾ ਲੈਨੇ ਹੋ ਜੀਮੇਲ ਤੇ ਆਈਡਿਟੀ ਬਣਾ ਲੈਨੇ ਹੋ ਕਿ ਉੱਥੇ ਸਪੈਲਿੰਗ ਦੇ ਵਿੱਚ ਮਿਸਟੇਕ ਹੁੰਦੀ ਆ ਨਹੀਂ ਹੁੰਦੀ ਕਿਉਂਕਿ ਤੁਸੀਂ ਫਾਰਮ ਆਪ ਭਰਿਆ ਹੁੰਦਾ ਤੇ ਜੇਕਰ ਤੁਸੀਂ ਇਹਨਾਂ ਫਾਰਮ ਨੂੰ ਆਪ ਭਰੋਗੇ ਕਿਉਂਕਿ ਜਿਹੜਾ ਸਰਟੀਫਿਕੇਟ ਆਊਗਾ ਉਹਦੇ ਵਿੱਚ ਗਲਤੀ ਹੋਣ ਦੀ ਗੁੰਜਾਇਸ਼ ਵੀ ਹੋ ਸਕਦੀ ਹੈ ਜੇ ਤੁਸੀਂ ਧਿਆਨ ਨਾਲ ਨਾ ਭਰੋਗੇ ਜਾਂ ਤੁਸੀਂ ਕਿਸੇ ਹੋਰ ਤੋਂ ਪਰਮਾਉਗੇ ਹੋ ਸਕਦਾ ਹੈ ਕਿ ਅਗਲਾ ਕਾਲ ਕਾਲ ਦੇ ਵਿੱਚ ਤੁਹਾਡਾ ਫਾਰਮ ਫਿਲ ਕਰੀ ਸੋ ਕਿਉਂਕਿ ਮੈਂ ਤਾਂ ਡੈਮੋ ਵੀਡੀਓ ਵੀ ਬਣਾ ਦਿੱਤੀ ਆ ਵੀ ਤੁਸੀਂ ਉਹਨੂੰ ਦੇਖ ਕੇ ਵੀ ਆਪ ਦਾ ਫਾਰਮ ਫਿਲ ਕਰ ਸਕਦੇ ਹੋ ਕਿਉਂਕਿ ਬਾਅਦ ਵਿੱਚ ਮੈਂ ਤਾਂ ਚੈਨਲ ਚਲਾ ਰਿਆ ਮੈਨੂੰ ਪਤਾ ਆ ਹੁਣ ਵੀ ਮੈਸੇਜ ਆਉਂਦਾ ਆ ਕਿ ਸਰ ਮੇਰਾ ਪੀਐਸਟੇਟ ਦੇ ਸਰਟੀਫਿਕੇਟ ਵਿੱਚ ਮਦਰ ਨੇਮ ਦੀ ਗਲਤੀ ਹੋ ਗਈ ਆ ਡੇਟ ਆਫ ਬਰਥ ਗਲਤ ਹੋ ਗਈ ਆ ਕੈਟਾਗਰੀ ਗਲਤ ਹੋ ਗਈ ਆ ਦੱਸੋ ਸਰ ਕਿਵੇਂ ਸਹੀ ਹੋਊਗਾ ਸੋ ਇਹੋ ਜੀ ਮੁਸ਼ਕਿਲ ਦਿੱਕਤ ਪਰੇਸ਼ਾਨੀ ਫਿਊਚਰ ਵਿੱਚ ਨਾ ਆਵੇ ਇਸ ਕਰਕੇ ਤੁਸੀਂ ਹੁਣ ਦੇ ਟਾਈਮ ਵਿੱਚ ਹੀ ਜਿਹੜਾ ਵੀ ਫਾਰਮ ਹੈਗਾ ਜੀ ਧਿਆਨ ਨਾਲ ਭਰਿਓ ਟਾਈਮ ਪਿਆ ਵੈਸੇ ਕਾਫੀ ਤੁਹਾਡੇ ਕੋਲ ਕਾਲ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਕੋਈ ਤੁਹਾਨੂੰ ਤੁਹਾਡੇ ਕੋਈ ਮਗਰ ਥੋੜਾ ਪਿਆ ਹੈ ਵੀ ਤੁਸੀਂ ਅੱਜ ਤੇ ਅੱਜ ਹੀ ਫਾਰਮ ਫਿਲ ਕਰਨਾ ਹੈ ਆ ਆਰਾਮ ਨਾਲ ਫਿਲ ਕਰੋ 2 ਦਿਨ ਲਗਾ ਲਓ 3 ਦਿਨ ਲਗਾ ਲਓ ਕੁਆਲੀਫਿਕੇਸ਼ਨ ਆ ਪ੍ਰੋਪਰ ਚੈੱਕ ਕਰ ਲਓ ਤੇ ਫਾਰਮ ਭਰਦੇ ਟਾਈਮ ਉੱਥੇ ਕੁਆਲੀਫਿਕੇਸ਼ਨ ਦੀ ਆਪਸ਼ਨ ਆ ਰਹੀ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਆ ਅਪੀਅਰਿੰਗ ਦੀ ਆਪਸ਼ਨ ਆ ਰਹੀ ਹੈ ਅਪੀਅਰਿੰਗ ਤੋਂ ਬਾਅਦ ਉੱਥੇ ਪਾਸ ਦੀ ਆਪਸ਼ਨ ਆ ਰਹੀ ਹੈ ਕਿ ਹੈ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਪੀਐਸਟੈਡ ਸਰਟੀਫਿਕੇਟ ਤੇ ਛਪ ਕੇ ਆਉਣਗੀਆਂ ਨਹੀਂ ਸੋ ਜੇਕਰ ਇਹ ਚੀਜ਼ਾਂ ਤੁਹਾਡੀਆਂ ਗਲਤ ਵੀ ਹੋ ਜਾਂਦੀਆਂ ਨੇ ਕਾਲਜ ਨੇਮ ਗਲਤ ਭਰਿਆ ਜਾਂਦਾ ਆ ਯੂਨੀਵਰਸਿਟੀ ਨੇਮ ਗਲਤ ਭਰਿਆ ਗਿਆ ਹੋ ਸਕਦਾ ਹੈ ਭੁਲੇਖੇ ਨਾਲ ਤੁਹਾਡੇ ਤੋਂ ਨੰਬਰ ਵੀ ਗਲਤ ਭਰੇ ਜਾਣ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਪੀਐਸਟ ਦੇ ਸਰਟੀਫਿਕੇਟ ਤੇ ਛਪ ਕੇ ਆਉਣਗੀਆਂ ਬਿਲਕੁਲ ਵੀ ਨਹੀਂ ਫਿਰ ਦਿੱਕਤ ਪਰੇਸ਼ਾਨੀ ਕੀ ਹੈ ਕੀ ਆ ਜੇ ਇਹ ਚੀਜ਼ਾਂ ਗਲਤ ਵੀ ਹੋ ਜਾਂਦੀਆਂ ਕੀ ਤੁਹਾਡਾ ਐਡਮਿਟ ਕਾਰਡ ਰੁਕੂਗਾ ਕਿਹੜੇ ਕੋ ਕਿਹਦੇ ਕੋਲ ਇੰਨਾ ਟਾਈਮ ਹੈਗਾ ਕਿ ਤੁਹਾਡਾ ਸਰਟੀਫਿਕੇਟ ਲੈ ਕੇ ਤੁਹਾਡਾ ਮੈਚ ਕਰਨ ਬੈਠੂ ਡਾਟਾ ਤੁਹਾਡਾ ਸਿਰਫ ਨਾਮ ਤੁਹਾਡਾ ਸੇਮ ਹੋਣਾ ਚਾਹੀਦਾ ਆ ਨੇਮ ਦੇ ਨਾਲ ਨਾਲ ਕਹਿ ਲਓ ਕਿ ਤੁਹਾਡਾ ਡੇਟ ਆਫ ਬਰਥ ਤੁਹਾਡੇ ਫਾਦਰ ਦਾ ਨੇਮ ਤੁਹਾਡੀ ਮਦਰ ਦਾ ਨੇਮ ਇਹ ਸਾਰੀਆਂ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ ਸੋ ਦੋਸਤੋ ਇਹ ਸੀ ਕਿ ਆਪਣੀ ਛੋਟੀ ਜੀ ਵੀਡੀਓ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching God bless you all